हां जी दोस्तों की हालचाल है सो एक बार फिर तो ਸਾਡੇ YouTube ਚੈਨਲ ਇੰਦਰ ਇੰਟਰਨੈਟ ਕੈਫੇ ਤੇ ਤੁਹਾਡਾ ਸਵਾਗਤ ਹੈ ਸੋ ਪੰਜਾਬੀ ਯੂਨੀਵਰਸਿਟੀ ਵੱਲੋਂ ਸੈਸ਼ਨ 2023 ਅਧੀਨ ਦਾਖਲੇ ਅਤੇ ਰੀਪੇਅਰ ਦੇ ਫਾਰਮ ਲਈ ਇੱਕ ਨਵਾਂ ਅਫੀਸ਼ੀਅਲ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਸੋ ਜਿਆਦਾ ਜਾਣਕਾਰੀ ਅੱਜ ਦੀ ਇਸ ਵੀਡੀਓ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਪੂਰੀ ਜਾਣਕਾਰੀ ਲਈ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖੋ ਜਿਹੜੇ ਦੋਸਤ ਮਿੱਤ ਸਾਡੇ ਚੈਨਲ ਤੇ ਫਸਟ ਟਾਈਮ ਵਿਜ਼ਿਟ ਕਰ ਰਹੇ ਹਨ ਪਲੀਜ਼ ਸਾਡੇ YouTube ਚੈਨਲ ਇੰਦਰ ਇੰਟਰਨੈਟ ਕੈਫੇ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਆਲ ਨੋਟੀਫਿਕੇਸ਼ਨ ਲਈ ਘੰਟੀ ਵਾਲਾ ਬਟਨ ਦਬਾ ਦਿਓ ਤਾਂ ਕਿ ਫਿਊਚਰ ਵਿੱਚ ਆਉਣ ਵਾਲੀ ਹਰ ਨਵੀਂ ਅਪਡੇਟ ਤੁਹਾਨੂੰ ਮਿਲ ਸਕੇ ਸੋ ਦੋਸਤੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪਬਲਿਕ ਨੋਟਿਸ ਨੰਬਰ 270060 ਅਧੀਨ 15 ਮਾਰਚ 2023 ਨੂੰ ਅਨਾਊਂਸਮੈਂਟ ਕੀਤੀ ਗਈ ਹੈ ਜਿਸ ਅਧੀਨ ਕੰਟਰੋਲ ਦਫ਼ਤਰ ਵੱਲੋਂ ਪਹਿਲਾ ਜਾਰੀ ਕੀਤਾ ਗਿਆ ਪੱਤਰ ਨੰਬਰ 2310 COE ਮਿਤੀ 28 ਫਰਵਰੀ 2023 ਦੀ ਲਗਾਤਾਰਤਾ ਤੇ ਸਬੰਧ ਵਿੱਚ ਸੈਸ਼ਨ ਮਈ 2023 ਦੀਆਂ ਸੈਮੈਸਟਰ ਪ੍ਰੀਖਿਆਵਾਂ ਦੇ ਸਾਰੇ ਕੋਰਸਾਂ ਰੈਗੂਲਰ ਪ੍ਰਾਈਵੇਟ ਡਿਸਟੈਂਸ ਐਜੂਕੇਸ਼ਨ ਅਤੇ ਰਿਪੇਅਰ ਦੀਆਂ ਪ੍ਰੀਖਿਆਵਾਂ ਲਈ ਪ੍ਰੀਖਿਆ ਫਾਰਮ ਅਤੇ ਪ੍ਰੀਖਿਆ ਫੀਸ ਪਰਵਾਉਣ ਲਈ ਆਖਰੀ ਮਿਤੀ ਬਿਨਾਂ ਲੇਟ ਫੀਸ ਤੋਂ 7 ਮਾਰਚ 2023 ਅਧਾਰਤ ਕੀਤੀ ਗਈ ਸੀ ਵਾਈਸ ਚਾਂਸਲਰ ਵੱਲੋਂ ਹੋਏ ਆਦੇਸ਼ਾਂ ਅਨੁਸਾਰ ਪ੍ਰੀਖਿਆ ਫਾਰਮ ਅਤੇ ਪ੍ਰੀਖਿਆ ਫੀਸ ਭਰਨ ਦੀ ਬਿਨਾਂ ਲੇਟ ਫੀਸ ਤੋਂ ਆਖਰੀ ਮਿਤੀ 18 ਮਾਰਚ 2023 ਅਧਾਰਤ ਕੀਤੀ ਜਾਂਦੀ ਹੈ ਅਤੇ ਮਿਤੀ 19 ਮਾਰਚ ਤੋ ਲੈ ਕੇ 25 ਮਾਰਚ 2023 ਤੱਕ 20000 ਰੁਪਏ ਲੇਟ ਫੀਸ ਨਾਲ ਪ੍ਰੀਖਿਆ ਫਾਰਮ ਅਤੇ ਪ੍ਰੀਖਿਆ ਫੀਸ ਪ੍ਰਾਪਤ ਕੀਤੇ ਜਾਣਗੇ ਸੋ ਦੋਸਤੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਜਿਹੜੇ ਕੈਂਡੀਡੇਟ ਨੇ ਰੈਗੂਲਰ ਪ੍ਰਾਈਵੇਟ डिस्टेंस एजुकेशन ਅਧੀਨ ਸੈਸ਼ਨ ਮਈ 2023 ਲਈ ਦਾਖਲਾ ਲੈਣਾ ਹੈ ਜਾਂ ਜਿਹੜੇ ਕੈਂਡੀਡੇਟ ਨੇ ਰੀਪੇਅਰ ਦੇ ਫਾਰਮ ਭਰਨੇ ਹੈ ਉਹਨਾਂ ਕੈਂਡੀਡੇਟ ਲਈ ਗੁੱਡ ਨਿਊਜ਼ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਇਹਨਾਂ ਫਾਰਮਾਂ ਨੂੰ ਭਰਨ ਦੀ ਆਖਰੀ ਡੇਟ ਵਿੱਚ ਇੱਕ ਵਾਰ ਫਿਰ ਤੋਂ ਵਾਅਦਾ ਕਰ ਦਿੱਤਾ ਹੈ ਸੋ ਜਿਹੜੇ ਵੀ ਕੈਂਡੀਡੇਟ ਨੇ ਕਿਸੇ ਵੀ ਰੀਜ਼ਨ ਕਰਕੇ ਹਲੇ ਤੱਕ ਸੈਸ਼ਨ ਮਈ 2023 ਅਧੀਨ ਰਿਪੇਅਰ ਜਾਂ ਰੈਗੂਲਰ ਪ੍ਰਾਈਵੇਟ ਅਤੇ ਡਿਸਟੈਂਸ ਐਜੂਕੇਸ਼ਨ ਅਧੀਨ ਅਰਜੇਸ਼ਨ ਨਹੀਂ ਕਰਵਾਈ ਉਹ ਕੈਂਡੀਡੇਟ ਹੁਣ 18 ਮਾਰਚ 2023 ਤੱਕ ਆਪਣੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਧੀਨ ਆਪਣੀ ਦਾਖਲੇ ਜਾਂ ਰਿਪੇਅਰ ਅਧੀਨ ਅਰਜ਼ੀ ਸੇਸ਼ਨ ਕਰਵਾ ਸਕਦੇ ਹਨ ਸੋ 18 ਮਾਰਚ ਤੋਂ ਬਾਅਦ ਜਿਹੜੇ ਵੀ ਕੈਂਡੀਡੇਟ ਦਾਖਲੇ ਜਾਂ ਰਿਪੇਅਰ ਦੇ ਫਾਰਮ ਭਰਨਗੇ ਉਹਨਾਂ ਨੂੰ 19 ਮਾਰਚ ਤੋਂ ਲੈ ਕੇ 25 ਮਾਰਚ ਦੇ ਵਿੱਚ ਵਿੱਚ 20000 ਰੁਪਏ ਲੇਟ ਫੀਸ ਨਾਲ ਅਰਜ਼ੀ ਸੇਸ਼ਨ ਕਰਵਾਉਣੀ ਹੋਵੇਗੀ ਸੋ ਦੋਸਤੋ ਵੀਡੀਓ ਤੇ ਜਾਣਕਾਰੀ ਨੂੰ ਆਪਣੇ ਫਰੈਂਡਸ ਸਰਕਲ ਵਿੱਚ ਜਰੂਰ ਸ਼ੇਅਰ ਕਰੋ ਹੋਰ ਵਧੇਰੇ ਜਾਣਕਾਰੀ ਲਈ ਤੁਸੀਂ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰ ਸਕਦੇ ਹੋ ਤੁਹਾਡੇ ਹਰ ਕੁਐਸਚਨ ਦਾ ਆਨਸਰ ਦਿੱਤਾ ਜਾਵੇਗਾ ਸੋ ਨੈਕਸਟ ਵੀਡੀਓ ਵਿੱਚ ਇੱਕ ਨਵੇਂ ਜੌਬ ਨੋਟੀਫਿਕੇਸ਼ਨ ਦੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਦ ਤੱਕ ਵੇਟ ਕਰੋ ਧੰਨਵਾਦ ਸਸਿਕਾ